ਲਓ ਜੀ ਇੱਕ ਆਹ ਆਈਡੀਆ ਚੋਰੀ ਹੋ ਗਿਆ, ਇਹ ਟਾਇਰ ਦੀ ਸਾਰੀ ਕਰਾ ਕਰੰਤੀ ਪੇਸ਼ ਕੀਤੀ ਵੀਰ ਨੇ ਇਹ। ਅੱਛਾ ਬਾਈ ਆ ਜਾ, ਜਿਹੜੇ ਬੰਦੇ ਨੇ ਬੜਾਈ ਆ ਜੀ। ਅੱਜ ਮੈਂ ਆਪਣੇ ਇਲਾਕੇ ਦੇ ਮੁੰਡਿਆਂ ਨੂੰ ਮਿਲਿਆ ਅਤੇ ਇਹ ਮੇਰੇ ਨਾਲ ਥਾਈਲੈਂਡ ਵੀ ਗਿਆ ਤਾ, ਇਹ ਤੇਰੇ ਪਿੰਡ ਦਾ ਹੀ ਆ? ਹਾਂਜੀ, ਪਿੰਡ ਦਾ ਹੀ ਆ। ਅਤੇ ਨਿਊਜ਼ੀਲੈਂਡ ਆਇਆ ਨੂੰ ਹਾਲੇ ਥੋੜ੍ਹਾ ਟਾਈਮ ਹੀ ਹੋਇਆ, ਅਤੇ ਇੱਥੇ ਦੀ ਉੱਧਰ ਦੀ ਸਾਰੀਆਂ ਗੱਲਾਂ ਦੱਸੂਗੇ ਅਤੇ ਆਪਣੀ ਗੱਡੀ ਲੈ ਕੇ ਜਦੋਂ ਮੈਂ ਪਹਿਲਾਂ ਦਿਖਾਈ ਆ। ਪਰ ਸ਼ੁਰੂ ਤੋਂ ਚੱਲੀਏ ਪਹਿਲਾਂ, ਮੈਂ ਤਾਂ ਤੁਹਾਨੂੰ ਕਿੱਦਾਂ ਮਿਲਿਆ ਤਾ ਉੱਥੋਂ ਪਹਿਲਾਂ ਸ਼ੁਰੂ ਕਰਦੇ ਹਾਂ। ਉਹ ਪਾਰਟ ਦੇਖ ਲਓ ਪਹਿਲਾਂ, ਸਵਿਫਟ ਲਿਆ ਮੁੰਡੇ। ਆਓ ਜੀ ਪੰਮਾ ਜੀ, ਆਓ ਜੀ। ਕੀ ਹਾਲ ਵੀਰ, ਕਿੱਦਾਂ ਜੀ? ਕਿਹਾ ਠੀਕ ਠਾਕ। ਵਾਹ ਵੀਰ ਪੰਮਿਆ, ਕਿਵੇਂ ਆ ਝੋਟ? ਵਧੀਆ ਵੀਰ। ਦੇਖ ਲਿਆ ਜੀ, ਅਸੀਂ ਇੱਦਾਂ ਪਹਿਲਾਂ ਮਿਲੇ ਅਤੇ ਇੰਗਲਿਸ਼ ਬਹੁਤ ਹਾਈ ਆ ਮੁੰਡੇ ਦੀ, ਥੋੜ੍ਹੇ ਟਾਈਮ 'ਚ ਪੀ ਆਰ ਹੋ ਜਾਣਾ। ਬਟ ਕੱਢਦਾ ਇੰਗਲਿਸ਼, ਗੁੱਡ ਇੰਗਲਿਸ਼, ਦੋ ਸਾਲਾਂ 'ਚ। ਹਾਂ ਹਾਂਜੀ, ਕੀ ਕਹਿੰਦਾ? ਹਾਂ ਹਾਂ, ਉਹ ਗੱਲ ਉਹ ਦੱਸਣੀ ਨਹੀਂ ਹੈਗੀ, ਇਹਨੇ ਪਹਿਲਾਂ ਇਹਨੇ ਤਾਂ ਰੋਕਤੀ। ਨਹੀਂ 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 ਨਹੀਂ, ਉਹ ਗੱਲ ਰੋਕਤੀ। ਗੱਡੀ ਖੜਾ ਦੇ, ਆਪਣੀ ਗੱਡੀ ਚੱਕਦੇ ਇੱਧਰ। ਹਾਂ, ਤੇ ਹੁਣ ਪੁੱਛਦੇ ਆ ਪੰਮੇ ਨੂੰ, ਇੱਧਰ ਵਾਲੀ ਸਵਿਫਟ ਔਰ ਇੰਡੀਆ ਵਾਲੀ ਸਵਿਫਟ 'ਚ ਕਿਆ ਚਲਾ ਕੇ ਫਰਕ ਲੱਗਿਆ? ਬਸ ਬਸ ਠੀਕ ਆ, ਥੋੜੀ ਨੇੜੇ ਲਾ ਲਓ। ਹਾਂ, ਇੱਥੇ ਆਟੋ ਗੱਡੀ ਜ਼ਿਆਦਾ ਨੇ, ਕੋਈ ਕਲੱਚ ਤੇ ਵਗੈਰਾ ਤੇ ਪੈਰ ਨਹੀਂ ਰੱਖਣਾ। ਹੂੰ ਹੂੰ ਹੂੰ, ਫਿਰ ਨੱਕੀ ਚੱਲੋ। ਹਾਂ ਹਾਂ ਹਾਂ, ਪੰਮਾ ਜੀ ਕਿੱਦਾਂ ਲੱਗਿਆ ਇੱਥੇ ਡਰਾਈਵਰੀ ਕਰਕੇ? ਫਿਰ ਦੋ ਠੀਕ ਆ ਵੀਰ, ਤੇ ਅਸੀਂ ਆਏ ਸੀ ਬਨਿੰਗ ਯਾਰ, ਪ੍ਰੋਡਕਟ ਲੈਣਾ ਸੀ ਬਾਰਬੀਕਿਊ ਵਾਲਾ ਸਾਫ ਵਾਲਾ। ਮਰਜ਼ੀ ਆ ਤੁਹਾਡੀ, ਐ ਨੂੰ ਚਲੋ। ਹੁਣ ਦੱਸੋ ਵੀਰ, ਨਾਲੇ ਇੰਡੀਆ ਤੋਂ ਡਰਾਈਵਿੰਗ ਭੀੜ ਚੌਕੀ ਲੱਗਦੀ ਹੈ ਜਾਂ ਨਹੀਂ? ਇੱਥੇ ਪਰ ਥੋੜਾ ਰੂਲ ਜਿਹਾ ਰੂਲ ਆ ਨਾ ਕਾਇਦੇ ਆ, ਨਹੀਂ ਤਾਂ ਹੁਣ ਕਦੇ ਅਸੀਂ ਵਿੱਚ ਵਿਚਾਲੇ ਪਾਏ ਕੱਢ ਲੈਣੀ ਸੀ। ਨਹੀਂ, ਐ ਤਾਂ ਨਹੀਂ ਲੱਗਦਾ ਹੈਗਾ ਵੀ ਹਾਂ ਔਖਾ ਜਿਹਾ ਵੀ ਕੋਈ ਵਿੱਚ ਆ ਕੇ ਹੌਰਨ ਮਾਰੂ ਜਾਂ ਵਿੱਚ ਵੱਜੂ। ਸੌਖਾ ਉਰੇ ਜਾਂ ਇੰਡੀਆ ਸੌਖਾ? ਸੌਖਾ ਇੱਥੇ ਜਿਹਾ ਸੌਖਾ ਥੋੜ੍ਹਾ ਜਿਹਾ। ਜਿਹਨੇ ਇੰਡੀਆ ਡਰਾਈਵਰੀ ਕੀਤੀ ਹੋਈ ਇੱਥੇ ਔਖੀ ਨਹੀਂ ਲੱਗਦੀ ਉਹਨੂੰ। ਕੈਨੇਡਾ 'ਚ ਡਰਾਈਵਰੀ ਕਰੀ ਸੀ, ਤੁਹਾਨੂੰ ਔਖੀ ਲੱਗੀ ਜਾਂ? ਕੈਨੇਡਾ ਥੋੜ੍ਹੀ ਲੱਗਦੀ ਜੀ ਔਖੀ, ਉੱਥੇ ਸਟੇਅਰ ਦੂਜੇ ਪਾਸੇ ਹੈ ਨਾ। ਅਗਲੇ ਨੇ ਇਹ ਨਹੀਂ ਪਤਾ ਵੀ ਕਦੋਂ ਇੱਧਰਲੀ ਸਾਈਡ ਦਾ ਭੁਲੇਖਾ ਪੈਂਦਾ ਸੀ, ਭੁਲੇਖਾ ਬਹੁਤ ਪੈਂਦਾ ਉੱਥੇ। ਚਲੋ ਲਓ ਵੀ ਵਧੀਆ ਗੱਡੀ ਡਰਾਈਵ ਕਰ ਰਹੇ ਹੈ, ਅਤੇ ਓਵਰਆਲ ਆਪਾਂ ਘਰ ਜਾ ਕੇ ਦਿੰਦੇ ਹਾਂ ਨੰਬਰ, ਖਬਰਾਂ ਕਿੰਨੀਆਂ ਗਲਤੀਆਂ ਕਰਨਗੇ ਪੀਟੀਐਨ ਜੈੱਡ ਵਾਂਗ, ਇਹਨਾਂ ਦਾ ਟੈਸਟ ਲੈਂਦੇ ਹਾਂ। ਪਰ ਟੱਚ ਹਜੇ ਵੀ ਇੰਡੀਆ ਵਾਲਾ ਹੈ, ਬ੍ਰੇਕਾਂ ਮਾਰਨ ਦਾ, ਗੱਡੀ ਤੋਰਨ ਦਾ ਸਮੂਥ ਜੀ ਨਹੀਂ ਤੋਰ ਰਹੇ। ਉਹ ਜਿਵੇਂ ਉੱਤੇ ਨੀ ਗਾਹ ਜਿਹਾ ਪਾ ਕੇ ਤੋਰ ਦਿੰਦੇ ਆਪਾਂ, ਵੀ ਚੱਕ ਤੇ ਰੱਖ ਤੇ ਚੱਕ ਤੀ ਰੱਖ ਤੀ। ਅੱਗੇ ਰੇਲਵੇ ਲਾਈਨ ਉਹ ਆ ਗਈ, ਆਹ ਵੀ ਚੀਜ਼ ਵਧੀਆ, ਉਰੇ ਸਭ ਤੋਂ ਵਧੀਆ ਚੀਜ਼ ਆਹੀ ਹੈ। ਤੇ ਹਾਂ ਵੀ ਇੰਡੀਆ ਦੇ ਵਿੱਚ ਡੇਢ ਡੇਢ ਘੰਟਾ ਫਾਟਕ ਨੀ ਖੁੱਲਦੇ, ਤੇ ਪਤਾ ਨੀ ਲੱਗਦਾ ਨਾ ਕੋਈ ਬੰਦਾ ਬਿਠਾਇਆ ਨਾ ਕੋਈ ਕੁਛ, ਹੈਨਾ? ਮੁਸ਼ਕਲ ਐਨ ਆ ਗਈ ਵੀ ਵੀਰ ਨੂੰ ਕਿਹਾ ਮੈਂ ਹੁਣ ਗੱਡੀ ਆਪ ਲੈ ਕੇ ਜਾਣੀ ਆ ਘਰ ਨੂੰ,
ਵੀ ਆਪਣਾ ਆਪ ਜਗ੍ਹਾ ਲੱਭ ਬਿਨਾਂ ਮੈਪ 'ਤੇ। ਅਤੇ ਹੁਣ ਸੋਚਾਂ 'ਚ ਹੈ ਪੂਰੀ, ਜੇ ਨਾ ਮੁੜ ਸਕੇ ਤਾਂ ਤੁਹਾਨੂੰ ਭਾਈ ਫਾਈਨ ਹੈ, ਚਾਰਜ ਲੱਗਣਾ ਹੈ, ਪਾਰਟੀ ਦਾ ਚਾਰਜ ਲੱਗਣਾ ਸ਼ਾਮ ਦੀ ਦਾ, ਠੀਕ ਹੈ। ਚਲੋ ਸੋਚੀ ਜਾਓ ਸੋਚੀ ਜਾਓ। ਨਾ ਮੋੜ ਲਈ ਫਿਰ ਮੈਂ ਦੁਬਾਰਾ, ਜੇ ਗਲਤ ਮੋੜ ਮੋੜ ਲਿਆ ਨਹੀਂ ਜੇ ਗਲਤ ਚਲੀ ਚਲੋ, ਜੇ ਆਹ ਦੇਖੋ ਪਹਿਲੀ ਗਲਤੀ ਫੜ ਲਈ, ਇਹ ਹੁਣ ਤੁਹਾਡਾ ਚਾਰਜ ਫਾਈਨ ਹੋ ਗਿਆ, ਤੁਸੀਂ ਮੋੜ ਦੇਣੀ ਸੀ ਹੈ ਨਾ, ਚਲੀ ਚਲੋ। ਮਗਰ ਤਾਂ 60 ਦੀ ਸਪੀਡ ਹੈ, ਜੇ ਨਾ ਲੈ ਕੇ ਗਿਆ ਡਨ ਲੱਗਣਾ ਤੁਹਾਡੇ ਫਿਰ। ਉਹ ਤਾਂ ਫਿਰ ਚਲੇ ਜਾਊਗੇ, ਹਾਂਜੀ ਵੀ ਹੁਣ ਆ ਗਿਆ ਟਾਈਮ ਆਪਣਾ ਨੰਬਰ ਦੇਣ ਦਾ, ਵੀ ਸੱਚੀ ਸੱਚੀ ਦਈਏ ਜਾਂ ਤੁਹਾਨੂੰ ਨਹੀਂ ਸਾਰੇ ਦੇਖਣਗੇ ਤਾਂ ਨੰਬਰ ਦੇਣਾ ਪੈਣਾ। ਨਹੀਂ ਨਹੀਂ ਸੱਚੀ ਦਈ ਵੀ ਕਿੱਦਾਂ ਲੱਗੇ, ਕੋਈ ਗਲਤੀ ਕਿਆ ਕਰੀ ਵਿੱਚ ਕੋਈ ਰਸਤੇ ਨੰਬਰ 10 ਚੋਂ ਤੁਹਾਨੂੰ ਮੈਂ ਅਕੋਰਡਿੰਗ ਡਰਾਈਵਿੰਗ ਸਹੀ ਹੈ, ਲਾਇਸੈਂਸ ਹੈਗਾ, ਸਾਰਾ ਕੁਛ ਹੈਗਾ, ਪਰ ਹਜੇ ਉਰੇ ਦੇ ਹਿਸਾਬ ਨਾਲ ਜਿੱਦਾਂ ਗੱਡੀ ਝਟਕੇ ਨਾਲ ਜਿਵੇਂ ਹੈ, ਪਰ ਮੈਂ ਉਹਦੇ ਵਿੱਚ ਨੰਬਰ ਤੁਹਾਨੂੰ 7-8 ਦਾ ਮਾਰ। ਅੱਛਾ, ਗੱਡੀ ਝਟਕੇ ਮਾਰ ਕੇ ਤੋਰੀ ਜਾਂਦਾ, ਮਤਲਬ ਜਦੋਂ ਸਾਈਡ ਤੇ ਵੀ ਲਾਈ ਹੈ ਤਾਂ ਉਦੋਂ ਨਰਵਸ ਹੋ ਕੇ ਲਾਈ ਹੈ, ਮਗਰ ਗੱਡੀ ਆਈ ਹੈ ਆਪਣੇ, ਇੱਕੇ ਲੱਗਦਾ ਇੰਡੀਕੇਟਰ ਨਹੀਂ, ਹੁਣ ਇੰਡੀਕੇਟਰ ਬਣਦਾ ਮੇਰਾ ਥੋੜਾ ਬਹੁਤ ਠੀਕ ਹੈ, ਇੰਡੀਕੇਟਰ ਸਾਨੂੰ ਵੀ ਗਲਾ ਪੈਂਦੀਆਂ ਦੀਆਂ, ਇੰਡੀਕੇਟਰ ਤਾਂ ਲਾਇਆ ਤਾਂ ਹੈਗਾ, ਇੰਡੀਕੇਟਰ ਲਾਇਆ ਸਾਈਡ ਤੇ ਖੜਾਈਏ ਫਿਰ ਗੱਡੀ ਅੱਛੀ ਤਰੀਕੇ ਮੋੜੀ, 8 ਤਾਂ 8 8 2 ਤਾਂ ਬਣਦੇ ਆ ਇਕੱਠੇ ਮੇਰੇ ਹਿਸਾਬ ਨਾਲ, ਜਦੋਂ ਕੋਈ ਗਲਤੀ ਮੇਰੇ 9 ਬਣਦੇ ਆ, ਨਹੀਂ ਸਿਰਫ 8 ਬਣਦੇ ਆ, ਇਹ ਗੱਡੀ ਤੋਰਨ ਦੀ ਤੂੰ ਕਹਿ ਰਿਹਾ, ਚਲ ਹੁਣ ਮੇਰਾ ਤੋਰਨ ਦੀ ਨਹੀਂ ਹੈਗੀ, ਮੇਰੇ ਗੱਡੀ ਹੱਥ ਨਹੀਂ ਲੱਗੀ ਹੈਗੀ ਤਾਂ ਕਰ ਕਹਿ ਰਿਹਾ, ਮੇਰੇ ਗੱਡੀ ਹੱਥ ਨਹੀਂ ਲੱਗੀ ਹੈਗੀ। ਅੱਛਾ ਚਲੋ, ਹੱਥ ਲੱਗੇ ਤੇ ਬਾਅਦ ਵੀ ਦੁਬਾਰਾ ਟਰਾਈ ਕਰ ਲਾਂਗੇ, ਦੁਬਾਰਾ ਕਰ ਲੈਂਦੇ, ਚਲ ਹੁਣ ਕਰੀਏ 4 ਮਿੰਟ। ਮੈਨੂੰ ਮੈਂ ਚਲਾਈ ਜਾ ਦੇ, ਹੇ ਮੈਨੂੰ ਪਤਾ ਤੇਰੀ ਇੰਡੀਆ ਵਾਲੀ ਫੀਲਿੰਗ ਆ, ਉਹ ਅਸੀਂ ਉੱਦਾਂ ਹੀ ਰੇਸ ਰੂਸ ਦੇ ਕੇ, ਜੇ ਗਰੀਬਾਂ ਦੀ ਗੱਡੀ ਆ ਅਗਲਾ ਬੰਦਾ ਯਾਰ, ਮੈਂ ਦੱਸਦਾ ਨਾ, ਮੈਂ ਕਿਹਾ ਅੱਜ ਮੈਂ ਚਲਾਈ ਕੈਮਰੀ, ਕਹਿੰਦਾ ਤੂੰ ਉੱਦਾਂ ਹੀ ਚਲਾਉਂਦੇ, ਕਹਿੰਦਾ ਇੰਡੀਆ ਵਾਲੇ ਵਾਂਗੂ ਹੀ ਬਸ। ਇੱਕ ਛੋਟਾ ਜਿਹਾ ਸਮਾਨ ਲੈਣ ਆਏ ਤੇ ਇੱਥੇ, ਹਾਂਜੀ ਲਓ ਵੀ, ਫੇਰ ਵੀਰ ਦੁਬਾਰਾ ਡਰਾਈਵ ਕਰ, ਦੁਬਾਰਾ ਗੱਡੀ ਫੇਰ ਫੜਾ ਦਿੱਤੀ ਇਹਨਾਂ ਨੇ, ਪਰ ਪਹਿਲਾਂ ਨਾਲੋਂ ਇੰਪਰੂਵਮੈਂਟ ਘੱਟ ਗਈ ਥੋੜੀ ਜਿਹੀ, ਥੱਲੇ ਆ ਗਈ, ਮਤਲਬ ਡਰਾਈਵ ਸਹੀ ਨਹੀਂ ਕੀਤੀ ਹੈਗੀ, ਇੱਥੋਂ ਰਾਈਟ ਜਾਣਾ ਆਪਾਂ ਨੇ, ਠੀਕ ਹੈ। ਤੇ ਬਾਕੀ ਵੀਰ ਨਾਲ ਹੀ ਦੱਸਣਗੇ, ਵੀਰੇ ਦੱਸਿਓ ਵੀ ਕਿੰਨੀ ਕੁ ਵਧੀਆ ਕੀਤੀ, ਕਿੰਨੀ ਬਾਈ ਵੱਡੀ ਖਿੱਚ ਕੇ ਜਾਣਾ ਚਲਾਉਂਦਾ ਇਹ, ਬਾਈ ਨੂੰ ਕਿਹਾ ਇੰਡੀਆ ਵਾਲਾ ਟੱਚ ਜਿਹਾ ਥੋੜਾ ਜਿਹਾ, ਥਾਰ ਵਾਲੀ ਫੀਲਿੰਗ ਜਿਹੀ ਆਈ ਜਾਂਦੀ ਹੈ ਨਾ, ਬਿਨਾਂ ਫਿਕਰ ਤੋਂ ਚਲਾਉਂਦਾ ਨਾ, ਖਿੱਚਦਾ ਪਿਆ ਗੱਡੀ ਪੂਰੀ, ਥਾਰ ਵਾਲੀ ਸਾਨੂੰ ਪਿੱਛੇ ਬੈਠ ਕੇ ਡਰ ਲੱਗੀ ਜਾਂਦਾ, ਤੁਸੀਂ ਇਹਨੂੰ ਨਾ ਥਾਰ ਬਣਾ ਦਿਓ, ਬਾਅਦ ਚੋਂ ਕਿਸੇ ਪਾਸੇ ਠੋਕ ਕੇ ਇਹਨੂੰ ਬਾਅਦ ਚੋਂ ਕਹੋ ਵੀ ਹੁਣ ਇਹਦੇ ਸਿੱਧੀ ਜੀ ਹੋ ਜੇ। ਹਾਂ ਨਹੀਂ ਓਵਰਆਲ ਸਹੀ ਹੈ, ਸੌਖੀ ਗੱਡੀ ਚਲਾਉਣੀ ਇੱਥੇ ਯਾਰ, ਐਡਾ ਉਹ ਨਹੀਂ ਹੈ ਯਾਰ, ਕੱਲ ਤੋਂ ਜਿਹੜਾ ਕੱਲ ਮੁੰਡਾ ਚਲਾਉਂਦਾ ਤਾਂ ਆਪਣਾ ਟਿੱਕਾ ਮੁੜਨਾ ਆਪਣੇ ਇੰਡੀਕੇਟਰ ਦਾ ਮੁੜਨਾ, ਠੀਕ ਜਿਹੜਾ ਕੱਲ ਮੁੰਡਾ ਟਿੱਕਾ ਚਲਾਉਂਦਾ ਤਾਂ ਉਹ ਦੇਖਿਆ ਕਿੱਦਾਂ ਫਾਲਤੂ ਰੇਸ 'ਚ ਮਰਾਈ ਜਾਂਦਾ, ਤਾਂ ਉਹ ਫਿਰ ਮੈਂ ਕਿਹਾ ਤਾਂ ਹੈਗਾ, ਤਾਂ ਮੈਂ ਮੇਰਾ ਨਾ ਭਾਈ ਖਾਤਾ ਪੀਤਾ ਜਾ ਕੱਢਦੀ ਕੁਛ, ਉਹ ਤਾਂ ਜਿੰਨੇ ਕੱਟ ਮਰਾਉਂਦਾ ਤਾਂ ਨਾ ਬਾਈ, ਓਏ ਹੋਏ ਹੋਏ ਹੋਏ
ਸ਼ਹਿਰ ਦਾ ਨਾਮ ਸਪਰਬ ਦਾ ਨਾਮ ਤਾਂ ਦੱਸੋ ਕੀ ਹੈ ਮਸ਼ਹੂਰ ਹੁਣ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾਲ ਇੱਕ ਹੋਰ ਲਾਓ ਮਗਰ ਪਾਪਾ ਪਾਪਾ ਨਹੀਂ ਮਗਰ ਮਗਰ ਵਾਲੇ ਟੋਏ ਟੋਏ ਨੂੰ ਕਰ ਦੋ ਕਰਦੇ ਆ ਜਿੱਥੇ ਰੋਕਣੀ ਚਾਹੀਦੀ ਉੱਥੇ ਰੋਕਦੇ ਵੀ ਆ ਪਰ ਆ ਨਾਲ ਗੇਅਰ ਨੂੰ ਫੜਨ ਦੀ ਆਦਤ ਨਹੀਂ ਜਾਂਦੀ ਹੈਗੀ ਇਹ ਕਿਆ ਚੱਕਰ ਹੈ ਇੰਡੀਆ ਵਾਲਾ ਹੈ ਓਕੇ ਸਾਨੂੰ ਉੱਤੇ ਵੀ ਹੁਣ ਆਟੋ ਦਵਾ ਦੇਣੀ ਹਨਾ ਕਿਉਂ ਸਵਾਦ ਨਹੀਂ ਆਉਂਦਾ ਚਲਾਉਣ ਦਾ ਉਹਨੂੰ ਕਹਿੰਦੇ ਗੱਡੀ ਦੇ ਵਿੱਚ ਚਾਬੀ ਖੋ ਗਈ ਸੀ ਬਾਈ ਰਿਦਮ ਲਾਉਂਦੇ ਹੋਏ ਸੁਰ ਲਾ ਰਿਹਾ ਸੁਰ 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 ਸਾ ਸਾ ਸੁਰ ਸਾ ਸੁਰ ਸਾ ਸੁਰ ਨਿਊਜ਼ੀਲੈਂਡ ਦੇ ਵਿੱਚ ਅੱਜ ਖਾਵਾਂਗੇ ਕੁਲਚੇ ਕੁਲਚੇ ਛੋਲੇ ਉੱਤਰੀ ਕਰੰਟ ਲੱਗਦਾ ਇਹਦੇ ਨਾਲ ਯਾਰ ਉੱਤਰੀ ਹਾਂ ਕਿਲੋ ਲਾ ਲੈ ਹੋਰ ਪਏ ਨੇ ਕੁਲਚੇ ਛੋਲੇ ਦਰਿੰਜ ਵਾਲਾ ਮੰਗੋ ਬਰਗਰ ਬਣਾਇਆ ਉੱਦਾਂ ਹੀ ਅਤੇ ਬਾਕੀ ਹੋਰ ਸਮਾਨ ਇੰਡੀਆ ਵਾਲਾ ਅਸੀਂ ਪੰਮੇ ਦੇ ਘਰ ਆ ਗਏ ਆ ਪੰਮਾ ਕਹਿੰਦਾ ਥੋੜਾ ਕੌੜਾ ਮੂੰਹ ਕਰਾਉਣਾ ਕਰਤਾ ਲਿਆ ਨਿੰਬੂ ਪਾਣੀ ਹੋਰ ਅੱਗੇ ਕੌੜਾ ਕੌੜਾ ਕਰਾਉਣਾ ਛੋਟੀ ਜੀ ਗੱਡੀ ਵੀਰ ਉਹਨਾਂ ਦੇ ਇੱਧਰ ਦੋਸਤ ਨੇ ਤਿੰਨੇ ਇਕੱਠੇ ਆਏ ਤੇ ਤਿੰਨੇ ਇਕੱਠੇ ਆਏ ਹੋਏ ਠੀਕ ਹੈ ਠੀਕ ਹੈ ਬੱਲੇ ਫਿਰ ਤਾਂ 9-0 ਹੋ ਗਈ ਹੈ 7.5 ਕਰੋੜ ਰੁਪਇਆ ਠੀਕ ਹੈ ਵੀਰ ਦਿਲ ਛੋਟਾ ਨਹੀਂ ਕਰਨਾ ਠੀਕ ਹੈ ਹਾਂ ਹਾਂ ਸਾਰੇ ਜਿਹੜਾ ਦਵਾ ਰਿਹਾ ਸੀ ਨਾ ਨਾ ਰੋ ਨਾ ਨਾ ਰੋਦੇ ਨਹੀਂ ਰੋ ਨਾ ਮੇਰੇ ਤੇ ਰੋਦੇ ਠੀਕ ਹੈ ਬਾਈ ਠੀਕ ਹੈ ਬਾਈ ਜੀ ਹਾਂ ਵਧੀਆ ਲੱਗਿਆ ਵੀਰ ਨੂੰ ਮਿਲ ਕੇ ਬਾਈ ਜੀ ਤੁਹਾਨੂੰ ਤੁਹਾਨੂੰ ਡਬਲ ਡਬਲ
ਇਹਨੇ ਜ਼ਿਆਦਾ ਦੇਣੀ ਬਣਦੇ ਬਾਈ ਨੂੰ। ਆਵਾਂਗੇ ਆਵਾਂਗੇ, ਕਿੱਧਰ ਬੈਠਦੇ ਆ ਬੇਰੋਂ ਸਵੇਰੇ ਚਾਹ ਬਣ, ਸਾਨੂੰ ਪਤਾ ਵੀ ਇਹਨੂੰ ਨਾਲੇ ਲਿਆਉਂਦੇ ਤੁਸੀਂ? ਅੱਛਾ ਗਿਆ, ਅੱਛਾ ਠੀਕ ਆ ਠੀਕ ਆ, ਅੱਛਾ ਆਇਆ ਵੀ ਲੈ ਕੇ ਆ ਜਾਣਾ। ਅਸੀਂ ਕਰਾਂ ਨਾ ਅੱਜ ਠੀਕ ਆ ਭਾਈ ਪੰਮੇ, ਖਿਆਲ ਰੱਖਿਓ ਆਪਣਾ ਹੈ। ਸੋਰੀ ਪੰਮੇ ਭਾਈ, ਸ਼ਾਮ ਦੀ ਪਾਰਟੀ ਪੱਕੀ ਕਰ, ਪੈਂਡਿੰਗ ਹੈ, ਪੈਂਡਿੰਗ ਪੱਕਾ 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 ਪੱਕਾ। ਓਕੇ ਓਕੇ ਓਕੇ, ਸ਼ੁਕਰੀਆ ਚੰਗਾ ਵੀਰ, ਓਕੇ ਮੈਂ ਤੂੰ ਤੇ ਰਹੀਆਂ, ਅੱਛਾ ਮੈਂ ਤੇ ਤੇਰੇ ਕੋਲੇ। ਸਾਨੂੰ ਜੀ ਪਾਰਟੀ ਸਾਡੇ ਗੁਆਂਢ ਦੇ ਵਿੱਚ ਜਿੱਥੇ ਅਸੀਂ ਅੱਜ ਸੁਬਾਹ ਜਾ ਕੇ, ਹਾਂ ਬਣਾਈ ਸੀ ਨਾ ਘਰ ਵੀਡੀਓ ਅੱਜ ਸਵੇਰੇ ਸਵੇਰੇ ਅਸੀਂ ਨਹੀਂ, ਪਰ ਬਣਾਈ ਨਹੀਂ ਮੇਰੇ ਖਿਆਲ ਦੇ ਵਿੱਚ। ਅਤੇ ਇੱਧਰ ਸਾਡਾ ਘਰ ਹੈ ਅਤੇ ਇੱਧਰ ਗੁਆਂਢ ਦੇ ਗੁਆਂਢੀਆਂ ਦੇ, ਗੁਆਂਢੀਆਂ ਦੇ ਸਾਨੂੰ ਅੱਜ ਪਾਰਟੀ ਇਨਵਾਈਟਡ ਹੈ। ਚਲੋ ਬਾਈ ਲਓ ਜੀ, ਆਹ ਆਈਡੀਆ ਚੋਰੀ ਹੋ ਗਿਆ, ਇਹ ਟਾਇਰ ਦੀ ਸਾਰੀ ਕਰਾ ਕਰੰਤੀ ਪੇਸ਼ ਕੀਤੀ ਵੀਰ ਨੇ ਇਹ। ਅੱਛਾ ਬਈ ਆ ਜਾ, ਜਿਹੜੇ ਬੰਦੇ ਨੇ ਬਣਾਈ ਆ ਉਹ ਦਿਖਾਓ, ਟਾਇਰ ਦੀ ਬਣੀ ਹੋਈ ਆ ਟਾਇਰ, ਦੇਖੋ ਪਹਿਲਾਂ ਪੁੱਠਾ ਕਰਿਆ ਟਾਇਰ ਨਾ ਜੀ, ਪੁੱਠਾ ਕਰਕੇ ਫਿਰ ਉਹਨੂੰ ਕੱਟਿਆ, ਇਹ ਕੱਟ ਕੇ ਫਿਰ ਬਣਿਆ ਹੋਇਆ ਦੇਖੋ। ਦੇਖੋ ਇਹ ਕਿਵੇਂ ਮੋੜੇ ਆ ਨਾ, ਕਿੰਨਾ ਔਖਾ ਮੋੜੇ ਆ। ਹਾਂ 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 ਹਾਂ, ਬਾਕੀ ਬਈ ਬਾ ਕਮਾਲ ਚੀਜ਼ ਤੇ ਆ, ਬਾ ਕਮਾਲ ਚੀਜ਼ ਭਾਈ, ਬੜਿਆ ਭਾਈ, ਕੱਲੇ ਮੈਨੂੰ ਬੜਾ ਬਹੁਤ ਵਧੀਆ ਲੱਗੀ ਜਿਹੜੀ ਧੁੱਪ ਚੱਲਦੀ ਇਹ, ਇਹ ਤਾਂ ਮੈਂ ਚਲੋ ਜਦੋਂ ਘਰ ਆਪਣੇ ਲੱਗੂ ਫਿਰ ਦਿਖਾਊਗਾ ਮੈਂ ਚੀਜ਼ ਇਹ। ਅਸੀਂ ਕਾਹ ਬਣਾਤੀ ਇੱਧਰ, ਹਾਂ 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 ਆ ਜਾ ਫਿਰ, ਕੇਕ ਕੇਕ ਖਾਂਗਾ, ਖਾਣਾ ਰੇ, ਕਿਉਂ ਕੀ ਖਾਏਗਾ? ਬਹੁਤ 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 ਮੁਬਾਰਕਾਂ, ਹੁਣ ਇੱਕ ਸਾਲ ਦੀ ਹੋ ਗਈ ਹੈ। ਹਾਂ ਜੀ, ਇੱਕ ਸਾਲ ਦੀ ਹੋ ਗਈ। ਠੀਕ 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 ਠੀਕ, ਕਿੱਥੇ ਜਾਣਾ, ਕਿੱਥੇ ਜਾਣਾ? ਗਾ ਸੈਚਰਡੇ ਤੇ ਅਸੀਂ ਪਰ ਚੱਲਿਆ ਹੁਣ ਸੈਚਰਡੇ ਮਨਾਉਣ ਸਿਟੀ ਦੇ ਵਿੱਚ ਜੀ, ਸੈਚਰਡੇ ਨਾਈਟ, ਸੈਚਰਡੇ ਮਾਰਤ ਕੇ ਹੁੰਦੇ ਗਿੜੀ ਛਿੜੀ ਇੱਕ ਪੰਜਾਬੀ ਮੁੰਡੇ ਮਿਲੇ ਇੱਥੇ, ਕਹਿੰਦੇ ਸ਼ਹਿਰ ਦੀਆਂ ਗੇੜੀਆਂ ਮਾਰਨੀਆਂ, ਰਵੀਰ ਨੂੰ ਮਿਲੋ। ਕੀ ਨਾਮ ਹੈ ਮੇਰੇ ਦਾ? ਤੁਹਾਡਾ ਰਵੀ ਹੈ? ਹਾਂਜੀ।
ਹੁਣ ਅਸੀਂ ਪਹੁੰਚ ਗਏ ਬਾਇਆ ਡੱਕ ਇੱਧਰ ਨਾ ਇੱਕ ਆਪਣੇ ਪੰਜਾਬੀਆਂ ਦਾ ਕਲੱਬ ਹੈ ਇੱਥੇ ਆਹ ਹੁਣ ਅਸੀਂ ਦੂਰ ਦੇ ਤਾਂ ਬਣਾਉਂਦੇ ਚਲੇ ਤੇ ਸਾਰੇ ਪੰਜਾਬੀ ਗਾਣੇ ਪੰਜਾਬੀ ਉਹ ਗਾਣੇ ਚੱਲਣੇ ਤੇ ਜਗਵੀਰ ਹੋਣੀ ਦੱਸਦੇ ਆ ਤੇ ਇੱਕ ਪੱਬ 'ਚ ਅਸੀਂ ਉਹ ਪਿੱਛੇ ਇੱਕ ਪੱਬ 'ਚ ਵੜਨ ਲੱਗੇ ਤੇ ਪਰ ਉਹਨੇ ਭਾਈ ਵੜਨ ਨਹੀਂ ਦਿੱਤਾ ਹੈਗਾ ਜ਼ਿਆਦਾ ਕਹਿੰਦਾ ਤੇਰਾ ਇੱਥੇ ਦਾ ਡਰਾਈਵਿੰਗ ਲਾਇਸੈਂਸ ਹੋਵੇ ਜਾਂ ਕੋਈ ਇੱਥੇ ਦੀ ਕੋਈ ਹੋਰ ਆਈਡੀ ਹੋਵੇ ਜਾਂ ਆਪਣਾ ਪਾਸਪੋਰਟ ਹੋਵੇ ਤੇਰਾ ਉਹ ਹੈ ਨਹੀਂ ਤਾਂ ਮੇਰੇ ਕੋਲ ਚਲੋ ਹੋਰ ਕੋਈ ਗੱਲ ਨਹੀਂ ਹੁਣ ਕਸੀਨੋ ਚੱਲੀਏ ਫਿਰ ਚਲੋ ਘੁੰਮ ਫਿਰ ਕੇ ਆਪਣੇ ਘਰ ਆ ਗਏ ਹੁਣ ਅਤੇ ਹੁਣ ਪਈਏ ਕੱਲ੍ਹ ਫਿਰ ਸਾਨੂੰ ਬਹੁਤ ਕੱਲ੍ਹ ਬਹੁਤ ਐਕਟੀਵਿਟੀ ਹੈ ਸਾਡੇ ਕੋਲ ਪਈਏ ਪਈਏ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ ਮਿਲਦੇ ਹੁਣ ਫਿਰ ਕੱਲ੍ਹ ਨੂੰ ਸੰਡੇ ਬਣਾਵਾਂਗੇ ਕੱਲ੍ਹ ਨੂੰ